ਕਹੋ ਕੱਲੀ ਗੱਲ ਕੋਈ ਟਿਕਾ ਰਹਿਗਾ ਜੀ ਤੇ ਸਾਰਾ ਰਹਿ ਚੱਲੀਗਾ ਜੀ ਆ ਜਗਾ ਕੋਈ ਪਤਾ ਨਹੀਂ ਕਿ ਸਾਰਾ ਕਰ ਦੇਮ ਗਾਈ ਨੇ ਲੋਕਾਂ ਦਾ ਜੀਣਾ ਔਖਾ ਕੀਤਾ ਹੈ ਤੇ ਦੂਜੇ ਪਾਸੇ ਚੋਰ ਲੋਕਾਂ ਨੂੰ ਜੀਣ ਨਹੀਂ ਦੇ ਰਹੇ ਆਏ ਦਿਨ ਕੋਈ ਨਾ ਕੋਈ ਚੋਰੀ ਜਾਂ ਲੁੱਟਖੋਦਾ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ ਹਾਲ ਹੀ ਵਿੱਚ ਜਗਰਾਉਂ ਦੇ ਪਿੰਡ ਮਲਕ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਇਸ ਪੂਰੇ ਮਾਮਲੇ ਵਿੱਚ ਦੁਕਾਨਦਾਰ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਨੂੰ ਬੰਦ ਕਰਕੇ ਘਰ ਚਲਾ ਗਿਆ ਸੀ ਤੇ ਸਵੇਰੇ 5 ਵਜੇ ਉਸ ਦੇ ਗਵਾਂਢੀਆਂ ਨੇ ਉਸ ਨੂੰ ਫੋਨ ਕਰਕੇ ਦੁਕਾਨ ਤੇ ਬੁਲਾਇਆ ਜਿਸ ਤੋਂ ਬਾਅਦ ਦੁਕਾਨ ਦੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ ਹਾਂਜੀ ਵੀਰ ਜੀ ਕੀ ਨਾਮ ਤੇ ਕਿਹੜਾ ਪਿੰਡ ਆ ਜੀ ਮੇਰਾ ਜੀ ਪ੍ਰਦੀਪ ਸਿੰਘ ਨਾਮ ਆ ਜੀ ਪਿੰਡ ਮੇਰਾ ਮਾਲਕ ਆ ਜੀ ਤੇ ਆਪਣੀ ਦੁਕਾਨ ਤੇ ਚੋਰੀ ਹੋਈ ਹੈ ਜੀ ਹਾਂਜੀ ਹਾਂਜੀ ਇਹ ਹੋਈ ਹੈ ਜੀ 10 ਤਰੀਕ ਰਾਤ ਨੂੰ ਅੱਛਾ ਜੀ ਹਾਂਜੀ ਜਾਨੀ ਕਿ 11 ਤਰੀਕ ਹੋ ਗਈ ਸੀਗੀ ਰਾਤ ਦੇ 12 ਵਜੇ ਹੋਈ ਸੀਗੀ ਹਾਂਜੀ ਹਾਂਜੀ 12 ਵਜੇ ਕੇ 32 ਮਿੰਟ ਤੇ ਐਂਟਰੀ ਇਹਨਾਂ ਨੇ ਲੋਕ ਭੰਨੇ ਆ ਚੋਰਾਂ ਨੇ ਤਿੰਨ ਜਾਣੇ ਸੀਗੇ ਮੋਟਰਸਾਈਕਲ ਤੇ ਸੀਗੇ ਤਾਂ ਤੁਹਾਨੂੰ ਕਰੋ ਪਤਾ ਲੱਗਾ ਜੀ ਸਾਨੂੰ ਜੀ ਸਾਹਮਣੇ ਮੁੰਡਾ ਮਾਸਟਰ ਆ ਉਹਨਾਂ ਨੇ ਸਾਨੂੰ ਕਾਲ ਕੀਤੀ 100 5 ਵਜੇ ਸੋਹਾਂ ਕਹਿੰਦੇ ਵੀ ਤੁਹਾਡਾ ਵੀ ਥੋੜਾ ਜਿਹਾ ਸ਼ਟਰ ਖੁੱਲਾ ਵਈ ਆ ਕੇ ਚੈੱਕ ਕਰ ਲਓ ਹਾਂਜੀ ਤੋਂ ਵਧੀਆ ਮੈਨੂੰ ਲੱਗਾ ਮੇਰੇ ਵੀਰ ਨੇ ਵੀ ਸਾਨੂੰ ਬਰੀਅਤ ਤਰੀਕੇ ਨਾਲ ਦੱਸਿਆ ਵੀ ਤੁਹਾਡੇ ਚੋਰੀ ਨਹੀਂ ਇੱਕ ਸਰਫ ਤਰੀਕਾ ਦੱਸਿਆ ਥੋੜਾ ਜਿਹਾ ਸ਼ਟਰ ਖੁੱਲਾ ਰਹਿ ਗਿਆ ਤੇ ਸਾਨੂੰ ਜੀ ਟੈਨਸ਼ਨ ਵਾਲੀ ਗੱਲ ਨਹੀਂ ਹੋਈ ਤੇ ਫਿਰ ਅਸੀਂ ਆਏ ਜਰੋਂ ਮੈਂ ਰਸਤੇ 'ਚ ਇੱਕ ਹੋਰ ਨਾਲ ਚੋਰੀ ਹੋਈ ਆ ਦੁਕਾਨ ਦੇ ਗੁਰਪ੍ਰੀਤ ਸਿੰਘ ਕਰਿਆਨਾ ਸਟੋਰ ਤੇ ਉੱਥੇ ਮੈਂ ਸ਼ਟਰ ਖੁੱਲਾ ਦੇਖਿਆ ਘਰ ਤੋਂ ਮੈਂ ਪੈਦਲ ਆ ਰਿਹਾ ਸੀ ਮੈਂ ਕਿਹਾ ਵੀ ਚੋਰੀ ਇੱਥੇ ਵੀ ਹੋ ਗਈ ਤੇ ਚੋਰੀ ਮੇਰੇ ਵੀ ਹੋ ਗਈ ਤੇ ਫਿਰ ਇੱਥੇ ਮੈਨੂੰ ਪਤਾ ਲੱਗਿਆ ਵੀ ਚੋਰੀ ਹੋ ਗਈ ਕੀ ਕੀ ਸਮਾਨ ਲੈ ਗਏ ਆਪਣੇ ਸਮਾਨ ਜੀ ਇੱਕ ਆ ਜਗਾ ਐਲ ਸੀ ਡੀ ਲੱਗੀ ਸੀਗੀ ਹਾਂਜੀ ਹਾਂਜੀ ਐਲ ਸੀ ਡੀ ਲੈ ਗਏ ਤੇ ਬਾਕੀ ਮਨੀਆਰੀ ਦੇ ਸਮਾਨ ਜਿਵੇਂ ਚਾਂਜਰਾ ਵਗੈਰਾ ਜਾਂ ਟਾਕਸ ਵਗੈਰਾ ਇਹ ਚੀਜ਼ਾਂ ਆ ਜਾਂਦੀਆਂ ਤੇ ਬੈਕ ਸਾਈਡ ਆਪਣੇ ਕੱਪ ਰੈਡੀमेड ਤੇ ਹਾਂ ਜੀ ਤੇ ਉਹ ਕਪੜੇ ਵਿੱਚ ਕੁਝ ਕਪੜੇ ਵੀ ਲੈ ਕੇ ਗਏ ਤੇ ਪਰਫਿਊਮ ਵਗੈਰਾ ਸਾਰੇ ਕਰੀਮਾਂ ਜਾਂ ਆਪਾਂ ਕਹ ਲਈਏ ਆਪਣੇ ਸੁਰਖੀਆਂ ਸੁਰਖੀਆਂ ਲੈ ਗਏ ਜੀ ਇਹ ਆਈਡੀਆ ਟੋਟਲ ਕਿੰਨਾ ਖਰਚਾ ਵਾ ਆਈਡੀਆ ਮਤਲਬ ਕਿੰਨਾ ਦਾ ਟੋਡਾ ਨਮਾ ਨਵੀ ਕਿੰਨੇ ਕਚੋਰੀ ਹੋ ਗਿਆ ਸਮਾਨ ਇਹ ਜੀ 25 26000 ਦੀ 40 ਸੀਡੀ ਸੀਗੀ ਜੀ ਵੱਡੀ ਸੀਗੀ 32 ਇੰਚੀ ਤਸ਼ੀਬਾ ਦੀ ਹਾਂ ਜੀ ਤੇ ਬਾਕੀ ਜਿਹੜਾ ਇਹ ਸਮਾਨ ਕਿਉਂ ਹੁੰਦਾ ਨਿੱਕਾ ਮੋਟਾ ਐਸਟੀਮੇਟ ਆਪਾਂ ਲਾਸਿਆ 70 80000 ਦਾ 70 ਦਾ ਹਾਂ ਜੀ ਤੇ ਬਾਕੀ ਨਿੱਕੇ ਮੋਟੇ ਆਈਟਮਾਂ ਵੀ ਹੌਲੀ ਹੌਲੀ ਪਤਾ ਲੱਗਦਾ ਜੀ ਤੇ ਨਾਲ ਵੀ ਹੋਈ ਕੋਈ ਹੋਰ ਵੀ ਦੁਕਾਨ ਤੇ ਉਸ ਦਿਨ ਹਾਂਜੀ ਹਾਂਜੀ ਉਹ ਉਹ ਇੱਥੋਂ 12:32 ਮਿੰਟ ਤੇ ਲੋਕ ਬੰਨ ਕੇ ਅੰਦਰ ਆਇਆ ਤੇ 10 ਮਿੰਟ ਇੱਥੇ ਚੋਰੀ ਕੀਤੀ ਆ। ਹਾਂਜੀ ਇਸ ਤੋਂ ਬਾਅਦ ਇੱਥੋਂ ਗਏ ਆ ਉਸ ਮਾਨ ਦੇ ਸਾਹਮਣੇ ਆਇਆ ਜਾ ਕੇ ਅੱਧੇ ਘੰਟੇ ਬਾਅਦ ਆਇਆ ਜੀ ਪੂਰੇ। ਇੱਥੋਂ ਗਏ ਆ ਉਹ 42 ਮਿੰਟ ਦੇ 12:42 ਤੇ ਹਾਂਜੀ ਜਨਨ ਕਿ ਤੇ ਇਸ ਤੋਂ ਬਾਅਦ ਉਹ ਆਏ 1:10 ਤੇ 1:10 ਤੇ ਫਿਰ ਉਹ ਦੁਕਾਨ ਵਾਲੇ ਦੇ ਉਹਨਾਂ ਲੋਕ ਬੰਨੇ ਉਸੇ ਤਰ੍ਹਾਂ ਉਹਨਾਂ ਦਾ ਇਨਵਰਟਰ ਵਗੈਰਾ ਤਾਰਾਂ ਕੱਢਤੀਆਂ। ਮੇਰੇ ਕੈਮਰੇ ਚੱਲਦੇ ਸੀਗੇ ਪਰ ਉਹ ਓਹ ਰਸਤੇ ਰਾਤ ਦੀ ਕਰਕੇ ਥੋੜੇ ਕਲੀਅਰ ਨਹੀਂ ਹੋਏ। ਕੋਈ ਮੂੰਹ ਵੀ ਬੰਨੇ ਹੋਏ ਸੀ ਜੋੜਾਂ ਦੇ ਦਿਨਾਂ ਦੇ ਤੇ ਅੱਛਾ ਤੁਸੀਂ ਕੈਮਰੇ ਚ ਵੇਖਿਆ ਜੀ ਹਾਂਜੀ ਹਾਂਜੀ ਅਸੀਂ ਸੀਸੀ ਕੈਮਰੇ ਬਏ ਹੁਣ ਵੀ ਆਪਣਾ ਕੋਲ ਰਿਕਾਰਡਿੰਗ ਹੈਗੀ ਆ ਤੁਹਾਨੂੰ ਮੈਂ ਸੈਂਡ ਕਰ ਦੂੰਗਾ ਪੁਲਿਸ ਨੂੰ ਮੌਕੇ ਤੇ ਆ ਗਈ ਸੀ ਨਹੀਂ ਜੀ ਉਸੇ ਪਹਿਲਾਂ ਤਾਂ ਆ ਇਧਰ ਹੀ ਧਿਆਨ ਰਿਆ ਮੜਾ ਜੀ ਇਸ ਤੋਂ ਬਾਅਦ ਅਸੀਂ ਘੰਟੇ ਦੋ ਘੰਟੇ ਬਾਅਦ ਦਿਨ ਚੜ੍ਹ ਕੇ ਥੋੜਾ ਜਿਹਾ ਫਿਰ ਅਸੀਂ ਪੁਲਿਸ ਨੂੰ ਲਾਇਮਨ ਦੱਸਿਆ ਤੇ ਉਹ ਆਏ ਮੌਕੇ ਤੇ ਤੇ ਉਹਨਾਂ ਨੇ ਦੇਖਿਆ ਸਾਰਾ ਸਾਡਾ ਇੰਟਰਵਿਊ ਲਈ ਦੱਸਿਆ ਬਈ ਕਿੱਦਾਂ ਕਿੱਦਾਂ ਵੀ ਕੀ ਹੋਇਆ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਲਸਮ ਪ੍ਰਸ਼ਾਸਨ ਤੋਂ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਕੋਈ ਉਮੀਦ ਰੱਖਣੀ ਨਹੀਂ ਚਾਹੀਦੀ ਸੀ। ਹੇ ਕਾਰਨ ਕੀ ਹੈ ਜੀ? ਕਾਰਨ ਇਹ ਹੈ ਦੇਖੋ ਚੋਰੀ ਹੋਈ ਹੈ। ਸੋ ਸੱਟ ਮੈਨੂੰ ਲੱਗੀ ਹੈ ਜਾਂ ਮੇਰੇ ਗਵਾਂਢੀ ਨੂੰ ਲੱਗੀ ਹੈ। ਜੇ ਅੱਗੇ ਹੋਈਆਂ ਚੋਰੀਆਂ rauwal ਹੋਈਆਂ ਚੋਰੀ ਇੱਕ। ਉਹ ਉਹ ਵੀ 2:00 ਵਜੇ 3:00 ਵਜੇ ਦੇ ਕਰੀਬ। 1:50 ਦੇ 2:00 ਦੇ ਕਹਿੰਦੇ ਪਹੁੰਚੀ ਸੀਗੇ ਉੱਥੇ। ਜੋ ਨੁਕਸਾਨ ਤਾਂ ਚਲੋ ਹੋ ਗਿਆ ਹੀ ਸਾਡਾ ਹੋਇਆ ਨਾ। ਪਰ ਮਤਲਬ ਇਹ ਹੈ ਵੀ ਚਲੋ ਇੱਥੇ ਆਇਆ ਮੁਲਾਜ਼ਮ ਆਏ ਉਹਨਾਂ ਨੇ ਜੋ ਵੀ ਪੁੱਛਗਿੱਛ ਕੀਤੀ ਠੀਕ ਹੈ ਨਾ। ਤੇ ਇਸ ਤੋਂ ਬਾਅਦ ਜਦੋਂ ਮੈਨੂੰ ਇਸ ਵਾਰ ਫੋਨ ਕਾਲ ਆਈ 11:00 ਵਜੇ ਕਹਿੰਦੇ ਵੀ ਤੁਸੀਂ ਇੱਥੇ ਆ ਕੇ ਰਿਪੋਰਟ ਦੋ ਤੁਹਾਡਾ ਪਰਚਾ ਦਰਜ ਕਰਿਓ। ਹਾਂਜੀ। ਤੋਂ ਇਸ ਤੋਂ ਬਾਅਦ ਅ ਅਸੀਂ ਉੱਥੇ ਗਏ। ਚਲੋ ਪਹਿਲਾਂ ਸਾਡੇ ਕੋਲ ਘੰਟਾ 2 ਘੰਟੇ ਅਸੀਂ ਬਾਰਸ਼ ਦੀ ਕਰਕੇ ਲਾ ਲੋ ਪ੍ਰੋਬਲਮ ਆਈ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਵੀ ਆਪਣਾ ਕੰਮ ਕਰਨਾ ਹੁੰਦਾ ਉਹ ਚਲੇ ਗਏ। ਚਲੋ ਸ਼ਾਮ ਨੂੰ ਮੁਲਾਕਾਤ ਹੋਈ ਪਰਚਾ ਦਰਜ ਕਰਾਇਆ ਸ਼ਾਮ ਨੂੰ ਜੀ। ਅੱਛਾ ਜੀ। ਤੋਂ ਪਰਚਾ ਦਰਜ ਕਰਨ ਤੋਂ ਬਾਅਦ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ। ਦੇਖੋ ਚੋਰੀ ਮੇਰੀ ਹੋਈ ਹੈ ਮੈਂ ਹੁਣ ਅ ਜਿੰਨਾ ਵੀ ਨਿੱਕਾ ਮੋਟਾ ਜਿਹੇ ਜੇ ਵੀ ਕੰਮ ਕਰਦਾ ਮੈਂ ਬੱਚਿਆਂ ਲਈ ਮੈਂ ਪੇਟ ਪਾਲਦਾ ਹਾਂ ਹਾਂਜੀ ਮੈਨੂੰ ਬੜੀ ਦੁੱਖ ਵਾਲੀ ਗੱਲ ਮੈਨੂੰ ਇਹ ਲੱਗੀ ਵੀ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਆਪਣੀ ਹਫਾਸਤ ਵਾਸਤੇ ਹੁੰਦੀ ਹੈ ਹਾਂਜੀ ਇਹਨਾਂ ਦਾ ਆਪਾਂ ਮਾਣ ਕਰਦੇ ਆਂ ਵੀ ਸਾਡੇ ਹਫਾਸਤ ਲਈ ਇਹ ਪੁਲਿਸ ਮੁਲਾਜ਼ਮ ਨੇ ਹੈਨਾ ਤੇ ਕਿਤੇ ਵੀ ਆਪਾਂ ਜਾਈਏ ਆਪਾਂ ਇਹਨਾਂ ਤੋਂ ਆਸ ਕਰਦੇ ਆ ਇੱਕ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਤਾਂ ਇਹੀ ਆਸ ਕਰਦੇ ਆ ਵੀ ਪੁਲਿਸ ਆਪਣੀ ਮਦਦ ਕਰੂਗੀ ਹਾਂਜੀ ਜੀ ਤੇ ਇਸੇ ਕਰਕੇ ਅਸੀਂ ਗਏ ਪਰ ਅ ਮੈਂ ਤੁਹਾਨੂੰ ਕਲੀਅਰ ਕਰਦਾ ਸ਼ਾਹਨ ਕੋ ਨਾਮ ਵੀ ਹੋ ਅੱਛਾ ਜੀ ਜਿਹੜੇ ਮੁਲਾਜ਼ਮ ਸੇ ਮਤਲਬ ਉਹ ਤਕਰੀਬਨ ਇੱਕ ਸਟਾਰ ਵਾਲੇ ਏਸ ਹੀ ਹੋਣਗੇ ਹਾਂਜੀ ਹਾਂਜੀ ਮੇਜਰ ਸਿੰਘ ਸੀ ਜੀ ਜਿਨ੍ਹਾਂ ਕੋਲ ਅਸੀਂ ਪਰਚਾ ਦਾਜਰ ਕਰਵਾ ਕੇ ਆਇਆ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਇਹ ਕਿਹਾ ਵੀ ਤੁਸੀਂ ਇੱਕ ਦੋ ਦਿਨਾਂ ਚੋਂ ਤਪਤੀਸ਼ ਕਰੋ ਸਾਨੂੰ ਦੱਸੋ ਅਸੀਂ ਕਾਰਵਾਈ ਜਿਹੜੀ ਹੋਏ ਕਰਾਂਗੇ ਹਾਂਜੀ ਜੇ ਕਾਰਵਾਈ ਕਾਰਵਾਈ ਫਿਰ ਉਹਨਾਂ ਦੀ ਕਾਦੀ ਰਹਿ ਗਈ ਜਦੋਂ ਅਸੀਂ ਆਪ ਭੱਜੇ ਫਿਰਦੇ ਪੁਲਿਸ ਦੀ ਤੁਸੀਂ ਕਾਰਵਾਈ ਤੋਂ ਸੰਤੋਖੀ ਜੇ ਕਾਦੀ ਕਾਰਵਾਈ ਹੈ ਫਿਰ ਕਾਦੀ ਕਾਰਵਾਈ ਜੋ ਕਾਰਵਾਈ ਤਾਂ ਮੈਂ ਕਰੀਏ ਜਾ ਰਿਹਾ ਨੇ ਪੁਲਿਸ ਕਹਿੰਦੇ ਆਪ ਭਾਲੋ ਬੰਦਾ ਹਾਂਜੀ ਉਹਨਾਂ ਨੇ ਇਹ ਗੱਲ ਕੀਤੀ ਕਹਿੰਦੇ ਤੁਸੀਂ 2-4 ਦਿਨ ਤੁਸੀਂ ਆਪ ਦਾ ਦੇਖੋ ਲੱਭੋ ਬੰਦੇ ਬੜੇ ਦਿਨਾਂ ਨਾਲ ਬਰੋ ਅੱਛਾ ਜੀ ਤੇ ਹੁਣ ਉੱਚ ਅਧਿਕਾਰੀਆਂ ਤੋਂ ਵੀ ਮੰਗ ਕਰਦੇ ਆ ਇਹ ਤਾਂ ਚਲੋ ਥੱਲੜੇ ਦੇ ਸੀਗੇ ਪੁਲਿਸ ਮੁਲਾਜ਼ਮ ਹਾਂਜੀ ਹਾਂ ਤੇ ਹੁਣ ਉੱਚ ਅਧਿਕਾਰੀ ਜਾਂ ਐਸਐਸਪੀ ਜਾਂ ਹੋਰ ਕੋਈ ਕੀ ਮੰਗ ਕਰਦੇ ਆ ਜੀ ਮੈਂ ਤਾਂ ਇਹੀ ਮੰਗ ਕਰਦਾ ਵੀ ਚਲੋ ਮੇਰੇ ਨਾਲ ਹੋ ਗਈ ਵੀ ਕਿਸੇ ਹੋਰ ਕੇ ਹੋਰ ਗਰੀਬ ਬੰਦੇ ਨਾਲ ਇਹ ਮਾਰਨਾ ਪਵੇ ਵੀ ਚਲੋ ਤਫ਼ਤੀਸ਼ ਕਰਨ ਤੇ ਤਿੰਨ-ਚਾਰ ਚੋਰੀਆਂ ਹੋਣ ਨੇ ਰਸਤੇ 'ਚ ਇਨੇ ਕੈਮਰੇ ਆ ਜੀ ਠੀਕ ਆ ਪ੍ਰੂਫ ਤਾਂ ਕੋਈ ਵੀ ਚੋਰ ਆ ਜਾਂ ਕੋਈ ਵੀ ਬੰਦਾ ਗਲਤੀ ਕਰਦਾ ਪ੍ਰੂਫ ਤਾਂ ਲਾਜ਼ਮੀ ਛੱਡਦਾ ਹਾਂਜੀ ਹਾਂ ਤੁਹਾਨੂੰ ਕਿਹਦੇ ਚੱਕ ਜੀ ਨਹੀਂ ਸ਼ੱਕ ਚਲੋ ਆਪਾਂ ਕਿਸੇ ਨੂੰ ਇਸ ਤਰ੍ਹਾਂ ਕਹਿ ਨਹੀਂ ਸਕਦੇ ਡਾਊਟ ਤਾਂ ਹੱਕ ਦੋ ਬੰਦੇ ਤਾਂ ਮੈਂ ਇੱਕ ਦੋ ਦਿਨਾਂ ਚ ਕਲੀਅਰ ਵੀ ਕਰ ਲਊਗਾ ਮੈਂ ਆਪ ਤਪਤੀਸ਼ ਕਰੂੰ ਮੈਂ ਮਾਲਕਾ ਦੀ ਪੁਲਿਸ ਮਲਾਉਂਗਾ ਮੈਂ ਕੋਈ ਝਾਕ ਨਹੀਂ ਕਰਦਾ ਠੀਕ ਹੈ ਜੀ ਠੀਕ ਹੈ ਜੀ ਇਸ ਦਿਨ ਨਾਲ ਹੀ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨਾਲ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਸਾਰਾ ਕੰਮ ਹੀ ਉਸ ਨੂੰ ਕਰਨਾ ਪੈ ਰਿਹਾ ਹੈ ਦੁਕਾਨਦਾਰ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਚੋਰ ਨੂੰ ਫੜਨ ਲਈ ਕਿਆ ਹੈ ਜਗਰਾਉ ਤੋਂ ਰੋਕ ਕੇ ਚਾਵਲਾ ਦੀ ਰਿਪੋਰਟ ਜਗਰਾਉ ਤੋਂ ਰੋਕ ਕੇ ਚਾਵਲਾ ਦੀ ਰਿਪੋਰਟ ਜਗਰਾਉ ਤੋਂ ਰੋਕ ਕੇ ਚਾਵਲਾ ਦੀ ਰਿਪੋਰਟ ਆ ਗਿਆ ਪਰ ਕੋਈ ਨਹੀਂ ਸਕਦਾ ਕਰੇਗਾ ਗਾਈ ਨੇ ਲੋਕਾਂ ਦਾ ਜੀਣਾ ਔਖਾ ਕੀਤਾ ਹੈ ਤੇ ਦੂਜੇ ਪਾਸੇ ਚੋਰ ਲੋਕਾਂ ਨੂੰ ਜੀਣ ਨਹੀਂ ਦੇ ਰਹੇ ਆਏ ਦਿਨ ਕੋਈ ਨਾ ਕੋਈ ਚੋਰੀ ਜਾਂ ਲੁੱਟਖੋਦਾ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ ਖਾਲੀ ਵਿੱਚ ਜਗਰਾਉਂ ਦੇ ਪਿੰਡ ਮਲਕ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਇਸ ਪੂਰੇ ਮਾਮਲੇ ਵਿੱਚ ਦੁਕਾਨਦਾਰ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਨੂੰ ਬੰਦ ਕਰਕੇ ਘਰ ਚਲਾ ਗਿਆ ਸੀ ਤੇ ਸਵੇਰੇ 5 ਵਜੇ ਉਸ ਦੇ ਗਵਾਂਢੀਆਂ ਨੇ ਉਸ ਨੂੰ ਫੋਨ ਕਰਕੇ ਦੁਕਾਨ ਤੇ ਬੁਲਾਇਆ ਜਿਸ ਤੋਂ ਬਾਅਦ ਦੁਕਾਨ ਦੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ ਹਾਂਜੀ ਵੀਰ ਜੀ ਕੀ ਨਾਮ ਤੇ ਕਿਹੜਾ ਪਿੰਡ ਆ ਜੀ ਮੇਰਾ ਜੀ ਪ੍ਰਦੀਪ ਸਿੰਘ ਨਾਮ ਆ ਜੀ ਪਿੰਡ ਮੇਰਾ ਮਾਲਕਾ ਜੀ ਤੇ ਆਪਣੀ ਦੁਕਾਨ ਤੇ ਚੋਰੀ ਹੋਈ ਜੀ ਹਾਂਜੀ ਹਾਂਜੀ ਇਹ ਹੋਈ ਹੈ ਜੀ 10 ਤਰੀਕ ਰਾਤ ਨੂੰ ਅੱਛਾ ਜੀ ਹਾਂਜੀ ਜਾਨੀ ਕਿ 11 ਤਰੀਕ ਹੋ ਗਈ ਸੀਗੀ ਰਾਤ ਦੇ 12 ਵਜੇ ਹੋਏ ਸੀਗੀ ਹਾਂਜੀ ਜੀ 12:32 ਤੇ ਐਂਟਰੀ ਇਹਨਾਂ ਨੇ ਲੋਕ ਬੰਨੇ ਆ ਚੋਰਾਂ ਨੇ ਤਿੰਨ ਜਾਣੇ ਸੀਗੇ ਮੋਟਰਸਾਈਕਲ ਤੇ ਸੀਗੇ ਤੇ ਤੁਹਾਨੂੰ ਕਰੋ ਪਤਾ ਲੱਗਾ ਜੀ ਸਾਨੂੰ ਜੀ ਸਾਹਮਣੇ ਮੁੰਡਾ ਮਾਸਟਰ ਆ ਉਹਨਾਂ ਨੇ ਸਾਨੂੰ ਕਾਲ ਕੀਤੀ 10:05 ਵਜੇ ਸਵੇਰ ਕਹਿੰਦੇ ਵੀ ਤੁਹਾਡਾ ਵੀ ਥੋੜਾ ਜਿਹਾ ਸ਼ਟਰ ਖੁੱਲਾ ਵਈ ਆ ਕੇ ਚੈੱਕ ਕਰ ਲਓ ਹਾਂਜੀ ਜੀ ਤੋਂ ਵਧੀਆ ਮੈਨੂੰ ਲੱਗਾ ਮੇਰੇ ਵੀਰ ਨੇ ਵੀ ਸਾਨੂੰ ਬਰੀਅਤ ਤਰੀਕੇ ਨਾਲ ਦੱਸਿਆ ਵੀ ਤੁਹਾਡੇ ਚੋਰੀ ਨਹੀਂ ਇੱਕ ਸਰਫ ਤਰੀਕਾ ਦੱਸਿਆ ਥੋੜਾ ਜਿਹਾ ਸ਼ਟਰ ਖੁੱਲਾ ਰਹਿ ਗਿਆ ਤੇ ਸਾਨੂੰ ਜੀ ਟੈਨਸ਼ਨ ਵਾਲੀ ਗੱਲ ਨਹੀਂ ਹੋਈ ਤੇ ਫਿਰ ਅਸੀਂ ਆਏ ਜਦੋਂ ਮੈਂ ਰਸਤੇ 'ਚ ਇੱਕ ਹੋਰ ਨਾਲ ਚੋਰੀ ਹੋਈ ਆ ਦੁਕਾਨ ਦੇ ਗੁਰਪ੍ਰੀਤ ਸਿੰਘ ਕਰਿਆਨਾ ਸਟੋਰ ਹਾਂਜੀ ਤੇ ਉੱਥੇ ਮੈਂ ਸ਼ਟਰ ਖੁੱਲਾ ਦੇਖਿਆ ਘਰ ਤੋਂ ਮੈਂ ਪੈਦਲ ਆ ਰਿਹਾ ਸੀ ਮੈਂ ਕਿਹਾ ਵੀ ਚੋਰੀ ਇੱਥੇ ਵੀ ਹੋ ਗਈ ਤੇ ਚੋਰੀ ਮੇਰੇ ਵੀ ਹੋ ਗਈ ਤੇ ਫਿਰ ਇੱਥੇ ਆ ਮੈਨੂੰ ਪਤਾ ਲੱਗਿਆ ਵੀ ਚੋਰੀ ਹੋ ਗਈ ਕੀ ਕੀ ਸਮਾਨ ਲੈ ਗਏ ਤੁਸੀਂ ਸਮਾਨ ਜੀ ਇੱਕ ਆ ਜਗਾ ਐਲ ਸੀ ਡੀ ਲੱਗੀ ਸੀਗੀ ਹਾਂਜੀ ਹਾਂਜੀ ਐਲ ਸੀ ਡੀ ਲੈ ਗਏ ਤੇ ਬਾਕੀ ਮਨੀਆਰੀ ਦੇ ਸਮਾਨ ਜਿਵੇਂ ਚਾਂਜਰਾ ਵਗੈਰਾ ਜਾਂ ਟਾਕਸ ਵਗੈਰਾ ਚੀਜ਼ਾਂ ਆ ਜਾਂਦੀਆਂ ਤੇ ਬੈਕ ਸਾਈਡ ਆਪਣੇ ਰੈਡੀमेड ਤੇ ਹਾਂ ਜੀ ਤੇ ਉਹ ਕਪੜੇ ਵਿੱਚ ਕੁਝ ਕਪੜੇ ਵੀ ਲੈ ਕੇ ਗਏ ਤੇ ਪਰਫਿਊਮ ਵਗੈਰਾ ਸਾਰੇ ਕਰੀਮਾਂ ਜਾਂ ਆਪਾਂ ਕਹ ਲਈਏ ਆਪਣੇ ਸੁਰੱਖਿਆ ਸੁਰੱਖੇ ਲੈ ਗਏ ਇਹ ਆਈਡੀਆ ਟੋਟਲ ਕਿੰਨਾ ਖਰਚਾ ਵਾਈ ਮਤਲਬ ਕਿੰਨਾ ਦਾ ਤੁਹਾਡਾ ਨਮਾਨ ਅਭੀ ਕਿੰਨੇ ਕਚੋਰੀ ਹੋ ਗਿਆ ਸਮਾਨ ਇਹ ਜੀ 25 26000 ਦੀ 40 ਸੀਡੀ ਸੀਗੀ ਜੀ ਵੱਡੀ ਸੀਗੀ 32 ਇੰਚੀ ਤਸ਼ੀਬਾ ਦੀ ਹਾਂ ਜੀ ਤੇ ਬਾਕੀ ਜਿਹੜਾ ਇਹ ਸਮਾਨ ਕਿਉਂ ਹੁੰਦਾ ਨਿੱਕਾ ਮੋਟਾ ਐਸਟੀਮੇਟ ਆਪਾਂ ਲਾਸਿਆ 70 8000 ਦਾ 70 ਦਾ ਹਾਂ ਜੀ ਤੇ ਬਾਕੀ ਨਿੱਕੇ ਮੋਟੇ ਆਈਟਮਾਂ ਵੀ ਹੌਲੀ ਹੌਲੀ ਪਤਾ ਲੱਗਦਾ ਜੀ ਤੇ ਨਾਲ ਵੀ ਹੋਈ ਕੋਈ ਹੋਰ ਵੀ ਦੁਕਾਨ ਤੇ ਉਸ ਦਿਨ ਹਾਂਜੀ ਹਾਂਜੀ ਉਹ ਉਹ ਇੱਥੋਂ 12:32 ਮਿੰਟ ਤੇ ਲੋਕ ਬੰਨ ਕੇ ਅੰਦਰ ਆਇਆ ਤੇ 10 ਮਿੰਟ ਇੱਥੇ ਚੋਰੀ ਕੀਤੀ ਆ। ਹਾਂਜੀ ਇਸ ਤੋਂ ਬਾਅਦ ਇਹ ਤੋਂ ਗਏ ਆ ਉਸ ਮਾਨ ਦੇ ਸਾਹਮਣੇ ਆਇਆ ਜਾ ਕੇ ਅੱਧੇ ਘੰਟੇ ਬਾਅਦ ਆਇਆ ਜੀ ਪੂਰੇ। ਇੱਥੋਂ ਗਏ ਆ ਉਹ 42 ਮਿੰਟ ਦੇ 12:42 ਤੇ ਹਾਂਜੀ ਜਨਨ ਕਿ ਤੇ ਇਸ ਤੋਂ ਬਾਅਦ ਉਹ ਆਏ 1:10 ਤੇ 1:10 ਤੇ ਫਿਰ ਉਹ ਦੁਕਾਨ ਵਾਲੇ ਦੇ ਉਹਨਾਂ ਲੋਕ ਬੰਨੇ ਉਸੇ ਤਰ੍ਹਾਂ ਉਹਨਾਂ ਦਾ ਇਨਵਰਟਰ ਵਗੈਰਾ ਤਾਰਾਂ ਕੱਢਤੀਆਂ। ਮੇਰੇ ਕੈਮਰੇ ਚੱਲਦੇ ਸੀਗੇ ਪਰ ਉਹ ਓਹ ਰਸਤੇ ਰਾਤ ਦੀ ਕਰਕੇ ਥੋੜੇ ਕਲੀਅਰ ਨਹੀਂ ਹੋਏ। ਉਹ ਮੂੰਹ ਵੀ ਬੰਨੇ ਹੋਏ ਸੀਗੇ ਚੋਰਾਂ ਦੇ ਦਿਨਾਂ ਦੇ ਤੇ ਅੱਛਾ ਤੁਸੀਂ ਕੈਮਰੇ ਚ ਵੇਖਿਆ ਜੀ ਹਾਂਜੀ ਹਾਂਜੀ ਅਸੀਂ ਸੀ ਸੀ ਕੈਮਰੇ ਬਏ ਹੁਣ ਵੀ ਆਪਣੀ ਕੋ ਰਿਕਾਰਡਿੰਗ ਹੈਗੀ ਆ ਤੁਹਾਨੂੰ ਮੈਂ ਸੈਂਡ ਕਰ ਦੂੰਗਾ ਪੁਲਿਸ ਅੰਦਰ ਮੌਕੇ ਤੇ ਆ ਗਈ ਸੀ ਨਹੀਂ ਜੀ ਉਹ ਸੀ ਪਹਿਲਾਂ ਤਾਂ ਆ ਇਧਰ ਹੀ ਧਿਆਨ ਰਿਆ ਮੜਾ ਜੀ ਇਸ ਤੋਂ ਬਾਅਦ ਅਸੀਂ ਘੰਟੇ ਦੋ ਘੰਟੇ ਬਾਅਦ ਦੰਜਾ ਚੜ੍ਹ ਕੇ ਥੋੜਾ ਜਿਹਾ ਫਿਰ ਅਸੀਂ ਪੁਲਿਸ ਨੂੰ ਲਾਜਮਨ ਦੱਸਿਆ ਤੇ ਉਹ ਆਏ ਮੌਕੇ ਤੇ ਤੇ ਉਹਨਾਂ ਨੇ ਦੇਖਿਆ ਸਾਰਾ ਸਾਡਾ ਇੰਟਰਵਿਊ ਲਈ ਦੱਸਿਆ ਬਈ ਕਿੱਦਾਂ ਕਿੱਦਾਂ ਵੀ ਕੀ ਹੋਇਆ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਔਲਸਮ ਪ੍ਰਸ਼ਾਸਨ ਤੋਂ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਕੋਈ ਉਮੀਦ ਰੱਖਣੀ ਨਹੀਂ ਚਾਹੀਦੀ ਸੀ। ਹੇ ਕਾਰਨ ਕੀ ਹੈ ਜੀ? ਕਾਰਨ ਇਹ ਹੈ ਜੀ ਦੇਖੋ ਚੋਰੀ ਹੋਈ ਹੈ ਸੋ ਸੱਟ ਮੈਨੂੰ ਲੱਗੀ ਹੈ ਜਾਂ ਮੇਰੇ ਗਵਾਂਢੀ ਨੂੰ ਲੱਗੀ ਹੈ। ਜੇ ਅੱਗੇ ਹੋਈਆਂ ਚੋਰੀਆਂ rauwal ਹੋਈਆਂ ਚੋਰੀ ਇੱਕ। ਉਹ ਉਹ ਵੀ 2:00 ਵਜੇ 3:00 ਵਜੇ ਦੇ ਕਰੀਬ। 2:15 ਦੇ 2:30 ਦੇ ਕਹਿੰਦੇ ਪਹੁੰਚੀ ਸੀ ਉੱਥੇ। ਜੋ ਨੁਕਸਾਨ ਤਾਂ ਚਲੋ ਹੋ ਗਿਆ ਹੀ ਸਾਡਾ ਹੋਇਆ ਨਾ। ਪਰ ਮਤਲਬ ਇਹ ਹੈ ਵੀ ਚਲੋ ਇੱਥੇ ਆਇਆ ਮੁਲਾਜ਼ਮ ਆਏ ਉਹਨਾਂ ਨੇ ਜੋ ਵੀ ਪੁੱਛਗਿੱਛ ਕੀਤੀ ਠੀਕ ਹੈ ਨਾ। ਤੇ ਇਸ ਤੋਂ ਬਾਅਦ ਜਦੋਂ ਮੈਨੂੰ ਇਸ ਵਾਰ ਫੋਨ ਕਾਲ ਆਈ 11:00 ਵਜੇ ਕਹਿੰਦੇ ਵੀ ਤੁਸੀਂ ਇੱਥੇ ਆ ਕੇ ਰਿਪੋਰਟ ਦੋ ਤੁਹਾਡਾ ਪਰਚਾ ਦਰਜ ਕਰਿਓ। ਹਾਂਜੀ। ਤੋਂ ਇਸ ਤੋਂ ਬਾਅਦ ਅ ਅਸੀਂ ਉੱਥੇ ਗਏ। ਚਲੋ ਪਹਿਲਾਂ ਸਾਡੇ ਕੋਲ 1 ਘੰਟਾ 2 ਘੰਟੇ ਅਸੀਂ ਬਾਰਸ਼ ਦੀ ਕਰਕੇ ਲਾਲੋ ਪ੍ਰੋਬਲਮ ਆਈ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਵੀ ਆਪਣਾ ਕੰਮ ਕਰਨਾ ਹੁੰਦਾ ਉਹ ਚਲੇ ਗਏ। ਚਲੋ ਸ਼ਾਮ ਨੂੰ ਮੁਲਾਕਾਤ ਹੋਈ ਪਰਚਾ ਦਰਜ ਕਰਾਇਆ ਸ਼ਾਮ ਨੂੰ ਜੀ। ਅੱਛਾ ਜੀ। ਤੋਂ ਪਰਚਾ ਦਰਜ ਕਰਨ ਤੋਂ ਬਾਅਦ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ। ਦੇਖੋ ਚੋਰੀ ਮੇਰੀ ਹੋਈ ਹੈ ਮੈਂ ਹੁਣ ਅ ਜਿੰਨਾ ਵੀ ਨਿੱਕਾ ਮੋਟਾ ਜਿਹੇ ਜੇ ਵੀ ਕੰਮ ਕਰਦਾ ਵਾ ਬੱਚਿਆਂ ਲਈ ਮੈਂ ਪੇਟ ਪਾਲਦਾ ਹਨਾ ਹਾਂਜੀ ਮੈਨੂੰ ਬੜੀ ਦੁੱਖ ਵਾਲੀ ਗੱਲ ਮੈਨੂੰ ਇਹ ਲੱਗੀ ਵੀ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਆਪਣੀ ਹਿਫਾਜ਼ਤ ਵਾਸਤੇ ਹੁੰਦੀ ਹੈ ਹਾਂਜੀ ਹਾਂਜੀ ਇਹਨਾਂ ਦਾ ਆਪਾਂ ਮਾਣ ਕਰਦੇ ਆਂ ਵੀ ਸਾਡੇ ਹਿਫਾਜ਼ਤ ਲਈ ਇਹ ਪੁਲਿਸ ਮੁਲਾਜ਼ਮ ਨੇ ਹਨਾ ਤੇ ਕਿਤੇ ਵੀ ਆਪਾਂ ਜਾਈਏ ਆਪਾਂ ਇਹਨਾਂ ਤੋਂ ਹੀ ਆਸ ਕਰਦੇ ਆ ਇੱਕ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਤਾਂ ਇਹੀ ਆਸ ਕਰਦੇ ਆ ਵੀ ਪੁਲਿਸ ਆਪਣੀ ਮਦਦ ਕਰੂਗੀ ਹਾਂਜੀ ਹਾਂਜੀ ਤੇ ਇਸੇ ਕਰਕੇ ਅਸੀਂ ਗਏ ਪਰ ਅ ਮੈਂ ਤੁਹਾਨੂੰ ਕਲੀਅਰ ਕਰਦਾ ਸ਼ਾਹਨ ਕੋ ਨਾਮ ਵੀ ਹੋ ਅੱਛਾ ਜੀ ਜਿਹੜੇ ਮੁਲਾਜ਼ਮ ਸੇ ਮਤਲਬ ਉਹ ਤਕਰੀਬਨ ਇੱਕ ਸਟਾਰ ਵਾਲੇ ਏਸ ਹੀ ਹੋਣਗੇ ਹਾਂਜੀ ਹਾਂਜੀ ਮੇਜਰ ਸਿੰਘ ਸੀ ਜੀ ਜਿਨ੍ਹਾਂ ਕੋਲ ਅਸੀਂ ਪਰਚਾ ਦਾਜਰ ਕਰਵਾ ਕੇ ਆਏ ਹਾਂ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਇਹ ਕਿਹਾ ਵੀ ਤੁਸੀਂ ਇੱਕ ਦੋ ਦਿਨਾਂ ਚੋਂ ਤਪਤੀਸ਼ ਕਰੋ ਸਾਨੂੰ ਦੱਸੋ ਅਸੀਂ ਕਾਰਵਾਈ ਜਿਹੜੀ ਹੋਏ ਕਰਾਂਗੇ ਹਾਂਜੀ ਜੇ ਕਾਰਵਾਈ ਕਾਰਵਾਈ ਫਿਰ ਉਹਨਾਂ ਦੀ ਕਾਦੀ ਰਹੇਗੀ ਜਦੋਂ ਅਸੀਂ ਆਪ ਭੱਜੇ ਫਿਰਦੇ ਪੁਲਿਸ ਦੀ ਤੁਸੀਂ ਕਾਰਵਾਈ ਤੋਂ ਸੰਤੋਖ ਨਹੀਂ ਜੇ ਕਾਦੀ ਕਾਰਵਾਈ ਹੈ ਫਿਰ ਕਾਦੀ ਕਾਰਵਾਈ ਜੋ ਕਾਰਵਾਈ ਤਾਂ ਮੈਂ ਕਰੀ ਜਾ ਰਿਹਾ ਨੇ ਪੁਲਿਸ ਕਹਿੰਦੇ ਆਪ ਭਾਲੋ ਬੰਦਾ ਹਾਂਜੀ ਉਹਨਾਂ ਨੇ ਇਹ ਗੱਲ ਕੀਤੀ ਕਹਿੰਦੇ ਤੁਸੀਂ 2-4 ਦਿਨ ਤੁਸੀਂ ਆਪਦਾ ਦੇਖੋ ਲੱਭੋ ਬੰਦੇ ਬੜੇ ਦਿਨਾਂ ਨਾਲ ਬਰੋ ਅੱਛਾ ਜੀ ਇਹ ਹੁਣ ਉੱਚ ਅਧਿਕਾਰੀਆਂ ਤੋਂ ਵੀ ਮੰਗ ਕਰਦੇ ਆ ਇਹ ਤਾਂ ਚਲੋ ਥੱਲੇ ਦੇ ਸੀਗੇ ਪੁਲਿਸ ਮੁਲਾਜ਼ਮ ਹਾਂਜੀ ਤੇ ਹੁਣ ਉੱਚ ਅਧਿਕਾਰੀ ਜਾਂ ਐਸਐਸਪੀ ਜਾਂ ਹੋਰ ਕੋਈ ਕੀ ਮੰਗ ਕਰਦੇ ਆ ਜੀ ਮੈਂ ਤਾਂ ਇਹੀ ਮੰਗ ਕਰਦਾ ਵੀ ਚਲੋ ਮੇਰੇ ਨਾਲ ਹੋ ਗਈ ਵੀ ਕਿਸੇ ਹੋਰ ਕੇ ਹੋਰ ਗਰੀਬ ਬੰਦੇ ਨਾਲ ਇਹ ਮਾਰਨਾ ਪਵੇ ਵੀ ਚਲੋ ਤਫ਼ਤੀਸ਼ ਕਰਨ ਤੇ ਤਿੰਨ-ਚਾਰ ਚੋਰੀਆਂ ਹੋਣ ਨੇ ਰਸਤੇ 'ਚ ਇਨੇ ਕੈਮਰੇ ਆ ਜੀ ਠੀਕ ਆ ਪ੍ਰੂਫ ਤਾਂ ਕੋਈ ਵੀ ਚੋਰ ਆ ਜਾਂ ਕੋਈ ਵੀ ਬੰਦਾ ਗਲਤੀ ਕਰਦਾ ਪ੍ਰੂਫ ਤਾਂ ਲਾਜ਼ਮੀ ਛੱਡਦਾ ਹਾਂਜੀ ਹਾਂਜੀ ਠੀਕ ਨੂੰ ਕਹੇ ਤੇ ਸ਼ੱਕ ਜੀ ਨਹੀਂ ਸ਼ੱਕ ਚਲੋ ਆਪਾਂ ਕਿਸੇ ਨੂੰ ਇਸ ਤਰ੍ਹਾਂ ਕਹਿ ਨਹੀਂ ਸਕਦੇ ਡਾਊਟ ਤਾਂ ਹੈ ਇੱਕ ਦੋ ਬੰਦਿਆਂ ਦਾ ਮੈਂ ਇੱਕ ਦੋ ਦਿਨਾਂ ਚ ਕਲੀਅਰ ਵੀ ਕਰ ਲਊਗਾ ਮੈਂ ਆਪ ਤਪतीश ਕਰੂੰ ਮੈਂ ਮਾਲਕਾ ਦੀ ਪੁਲਿਸ ਮਲਾਇਆ ਕਰੂੰ ਮੈਂ ਕੋਈ ਝਾਕ ਨਹੀਂ ਕਰਦਾ ਠੀਕ ਹੈ ਜੀ ਠੀਕ ਹੈ ਜੀ ਇਸ ਦਿਨ ਨਾਲ ਹੀ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨਾਲ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਸਾਰਾ ਕੰਮ ਹੀ ਉਸ ਨੂੰ ਕਰਨਾ ਪੈ ਰਿਹਾ ਹੈ ਦੁਕਾਨਦਾਰ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਚੋਰ ਨੂੰ ਫੜਨ ਲਈ ਕਿਹਾ ਹੈ ਜਗਰਾਉ ਤਾਂ ਰੋਕ ਕੇ ਚਾਵਲਾ ਦੀ ਰਿਪੋਰਟ